Hello. ਤੇ ਪਿਆਰੇ ਦਰਸ਼ਕੋ ਸਿੱਖ ਚੈਨਲ ਦੀ ਸਮੁੱਚੀ ਟੀਮ ਇਸ ਵਕਤ ਜਿਹੜੀ ਆ ਉਹ ਸ਼ਹਿਰ ਵਲੋਗ ਦਾ ਜਿਹੜੀ ਆ ਉਹ ਪਹੁੰਚੀ ਆ ਜੋ ਕਿ ਸਿਡਨੀ ਤੋਂ ਤਕਰੀਬਨ 600 ਕਿਲੋਮੀਟਰ ਦੀ ਦੂਰੀ ਤੇ ਹੈ ਆਸਟ੍ਰੇਲੀਆ ਦੇ ਵਿੱਚ ਅਤੇ ਅੱਜ ਦੇ ਬ੍ਰੇਕਫਾਸਟ ਛੋ ਦੇ ਵਿੱਚ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸਤਿੰਦਰ ਸਿੰਘ ਸਲਿੰਦਰਾ ਜਿਹੜੇ ਉਹ ਮੇਰੇ ਸੱਜੇ ਬੰਨੇ ਹਨ ਅਤੇ ਇਹਨਾਂ ਦੇ ਨਾਲ ਹੀ ਸਰਜਾ ਜਿਹੜੇ ਅਜੀਤ ਸਿੰਘ ਜੀ ਨੂਰਪੁਰੀ ਉਹ ਖੜੇ ਹਨ ਅਤੇ ਮੇਰੇ ਖੱਬੇ ਪਾਸੇ ਹਨ ਸਰਦਾਰ ਪਰਮਜੀਤ ਸਿੰਘ ਜੀ ਪੱਟੀ ਤੇ ਨਾਲ ਹੀ ਇਹਨਾਂ ਦੇ ਹਨ ਸਤਵਿੰਦਰ ਸਿੰਘ ਜੀ ਰਾਏ ਸੋ ਸਾਰਿਆਂ ਦਾ ਅ ਬ੍ਰੇਕਫਾਸਟ ਸ਼ੋ ਦੇ ਵਿੱਚ ਧੰਨਵਾਦ ਹੈ ਸਾਰਿਆਂ ਦਾ ਵੈਲਕਮ ਹੈ ਆਉਂ ਰਲ ਮਿਲ ਕੇ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਜੀ ਅ ਪਹਿਲਾਂ ਤੇ ਤੁਸੀਂ ਇਹ ਦੱਸੋ ਕਿ ਆਪਣਾ ਤੁਹਾਡਾ ਮੋਡਲਾ ਜੀਵਨ ਕੀ ਆ ਕਦੋਂ ਇੱਥੇ ਆਏ ਤੁਸੀਂ ਤੇ ਇੱਥੇ ਕੀ ਕਾਰੋਬਾਰ ਕਰ ਰਹੇ ਜੀ ਮੋਡਲਾ ਜੀਵਨ ਪੰਜਾਬ ਪੰਜਾਬ ਦੇ ਵਿੱਚ ਸਾਡਾ ਛੋਟਾ ਜਿਹਾ ਪਿੰਡ ਹੈ ਮਲਮਜਾਦਾ ਚਬਿਆਲ ਤੇ ਲਾਗੇ ਪੈਂਦਾ ਹੁਸ਼ਿਆਰਪੁਰ ਤੋਂ ਗੜਸ਼ੰਕਰ ਰੋਡ ਦੇ ਉੱਤੇ 4 ਕਿਲੋਮੀਟਰ ਦੇ ਜਾ ਕੇ 1 ਕਿਲੋਮੀਟਰ ਲੈਫਟ ਮੋੜਨਾ ਪੈਂਦਾ ਪਹਿਲੀ ਐਜੂਕੇਸ਼ਨ ਜਿਹੜੀ ਉਹ ਖਾਲਸਾ ਸਕੂਲ ਜੈਨ ਚਬਿਆਲ ਦੀ ਆ ਜਿਹੜਾ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੀ ਰੇਖ ਦੇ ਥੱਲੇ ਤੇ ਮਾਲਪੁਰ ਦਾ ਖਾਲਸਾ ਕਾਲਜ ਵੀ ਉਹਨਾਂ ਦੀ ਰੇਖ ਤੇ ਇੱਕ ਥੱਲੇ ਚੱਲਦੇ ਸੀ ਉਸ ਤੋਂ ਬਾਅਦ ਕਾਲਜ ਲਾਈਫ ਸ਼ੁਰੂ ਹੋਈ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਉਦੋਂ ਬਾਅਦ ਉਥੇ 6 ਮਹੀਨੇ ਨੌਕਰੀ ਕੀਤੀ ਉਦੋਂ ਬਾਅਦ ਮਨ ਬਣਿਆ ਵੀ ਚਲੋ ਦੁਨੀਆ ਵੇਖਦੇ ਆਂ ਫਿਰਕੇ ਨੌਕਰੀ ਤੇ ਜਦੋਂ ਮਰਜ਼ੀ ਆ ਕੇ ਕਰ ਸਕਾਂਗੇ ਦੁਨੀਆ ਦੇਖਣ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਹਿੰਦੁਸਤਾਨ ਦੇ ਉਹ ਹਿੱਸੇ ਜਿਹੜੇ ਪਹਿਲਾਂ ਨਹੀਂ ਸੀ ਦੇਖੇ ਕਾਲਜ ਦੇ ਵੇਲੇ ਯੂਨੀਵਰਸਿਟੀ ਵੇਲੇ ਮੌਕੇ ਨਹੀਂ ਸੀ ਮਿਲੇ ਉਹ ਸਾਰੇ ਸ਼ਹਿਰ ਜਿਹੜੇ ਆ ਜਿਹਦੇ ਵਿੱਚ ਮਹਾਰਾਸ਼ਟਰ ਬੰਬਈ ਮਡਰਾਸ ਉਹ ਸਾਰੇ ਕਵਰ ਕੀਤੇ ਔਰ ਉਸ ਤੋਂ ਬਾਅਦ ਦੁਨੀਆ ਦਾ ਸਫ਼ਰ ਸ਼ੁਰੂ ਕੀਤਾ ਤੇ ਕਿਹੜੀ ਸਾਲ ਦੇ ਵਿੱਚ ਤੁਹਾਂ ਜਾਜ ਦੀ ੜਾਰੀ ਮਾਰ ਗਈ ਕਿਹੜੀ ਸਾਲ ਚ ਜਾਜ ੜਾਰੀ ਮਾਰ ਕੇ ਤੁਹਾਨੂੰ ਇਥੇ ਆਸਟ੍ਰੇਲੀਆ ਦੀ ਤਰਤੀ ਤੇ ਲੈ ਕੇ ਜਾਂ ਐਤੋਂ ਪਹਿਲਾਂ ਹੋਰ ਵੀ ਕਿਸੇ ਕੰਟਰੀ ਸਭ ਤੋਂ ਪਹਿਲਾ ਸਫਰ ਉਸ ਵੇਲੇ ਪੈਸੇ ਜਿਹੜੇ ਆ ਉਹ ਇੰਨੇ ਬੇਅੰਤਹਾ ਨਹੀਂ ਸੀ ਹੁੰਦੇ ਬਾਪੂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਜਿੰਨਾ ਤੁਸੀਂ ਵਿਆਹਾਂ ਤੇ ਲਾਉਂਦੇ ਹੋ ਜਿੰਨਾ ਕਿ ਸੌਖਿਆਂ ਜੇ ਦੇ ਸਕਦੇ ਹੋ ਦੇ ਦਿਓ ਬਾਕੀ ਅਸੀਂ ਆਪ ਬਣਾ ਲਾਂਗੇ ਸੋ ਹਿੰਦੁਸਤਾਨ ਚ ਵਿਚਰਦਿਆਂ ਵੀ ਹਰ ਗੁਰਦੁਆਰਾ ਸਾਹਿਬ ਚ ਕਿਸੇ ਵੀ ਆਰਗੇਨਾਈਜੇਸ਼ਨ ਚ ਕਿਸੇ ਕਾਲਜ ਚ ਯੂਨੀਵਰਸਿਟੀ ਚ ਲੈਕਚਰ ਜਿਹੜਾ ਹੈਗਾ ਆ ਉਹ ਸਾਡਾ ਫਿਲਾਸਫੀ ਦੇ ਉੱਤੇ ਸਿੱਖ ਧਰਮ ਦੇ ਉੱਤੇ ਜਾਂਸੀ ਕੀ ਦੇ ਨਾਲ ਰਿਲੇਟਡ ਉਹ ਮੇਰਾ ਮੁੱਖ ਵਿਸ਼ਾ ਆ ਤੇ ਉਥੋਂ ਫਿਰ ਕੁਛ ਨਾ ਕੁਛ ਸਹੂਲਤ ਬਣ ਜਾਂਦੀ ਆ ਕੋਈ ਤੁਹਾਨੂੰ ਅੱਗੇ ਲਿਜਾਣ ਵਾਲਾ ਬਣ ਜਾਂਦਾ ਪਹਿਲੀ ਉਡਾਰੀ ਜਿਹੜੀ ਸੀ ਉਹ 1977 ਦੇ ਵਿੱਚ ਸ਼ੁਰੂ ਦੇ ਵਿੱਚ ਕਲਕੱਤਾ ਸ਼ਹਿਰ ਤੋਂ ਸਿਰਫ ਰੰਗੂਨ ਦੀ ਸੀ ਰੰਗੂਨ ਕਿਸੇ ਵੇਲੇ ਬਰਮਾ ਦਾ ਮਸ਼ਹੂਰ ਸ਼ਹਿਰ ਹੁੰਦਾ ਸੀ ਕਿ ਇੱਕ ਕਹਾਵਤ ਬੜੀ ਮਸ਼ਹੂਰੀ ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ ਲੇਖ ਤਾਂ ਘਰ ਕਿ ਸੇ ਵੀ ਦੇਸ਼ ਚਲੇ ਜਾਣਾ ਨਹੀਂ ਜਾਂਦੇ ਆ ਉਹ ਬਿਸ਼ਾ ਨਹੀਂ ਰਹਿ ਸਕਦੇ ਪਰ ਬਰਮਾ ਚ ਕਿਉਂਕੋ ਜਦੋਂ ਮਿਲਟਰੀ ਰਾਜ ਆਇਆ ਸੀ ਉੱਥੇ ਫਿਰ ਬਹੁਤੇ ਕੋਈ ਸਿੱਖ ਪ੍ਰਚਾਰਕ ਗਏ ਨਹੀਂ ਸੀ ਕਾਫੀ ਸਮੇਂ ਤੋਂ ਬਾਅਦ ਮੈਂ ਉਹ ਪਹਿਲਾ ਬੰਦਾ ਸੀ ਜਿਹੜਾ ਗਿਆ ਉੱਥੇ ਯੂਨੀਵਰਸਿਟੀ ਵਾਲਿਆਂ ਨੇ ਲੈਕਚਰ ਰੱਖੇ ਉੱਥੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਨਾਨਕ ਹਸਪੀਟਲ ਚੱਲਦਾ ਜਿੱਥੇ ਹਾਲੇ ਵੀ ਸਾਰਾ ਜਿਹੜਾ ਇਲਾਜ ਹੈਗਾ ਉਹ ਫ੍ਰੀ ਹੁੰਦਾ ਜਿੰਨੇ ਉੱਥੇ ਡਾਕਟਰ ਨੇ ਚਾਹੇ ਉਹ ਸਿੱਖ ਨੇ ਚਾਹੇ ਨਾਨ ਸਿੱਖ ਨੇ ਉਹ ਉਸ ਹਸਪਤਾਲ ਚ ਜਾ ਕੇ ਆਪਣਾ ਟਾਈਮ ਦਿੰਦੇ ਨੇ ਔਰ ਉਥੋਂ ਦੀ ਖਿਦਮਤ ਕਰਦੇ ਨੇ ਸੋ ਮੈਂ ਪ੍ਰੋਫੈਸਰ ਅਫੇਰ ਤੁਹਾਡੇ ਨਾਲ ਹੋਂਨਾ ਵਾ ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਪੱਟੀ ਜੀ ਵਹਿਗਰ ਜੀ ਦਾ ਖਾਲਸਾ ਬਾਬਾ ਤੇ ਭਾਈ ਗੁਰਫਤਿਹ ਜੀ ਆਪ ਨੂੰ ਪੱਟੀ ਸਾਹਿਬ ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ ਅੱਛਾ ਮੈਂ ਹੈਗਾ ਫੇਰ ਜਨਰੇਸ਼ਨ ਆਸਟ੍ਰੇਲੀਆ ਨੂੰ ਤਾਂ ਮੇਰੇ ਬੱਬਾ ਜੀ ਆਏ ਸੀ 1894 ਚ ਉਹ ਆਰਮੀ ਚ ਸੀ ਕਿ ਜਾਂ ਉਦਾਂ ਨਹੀਂ ਨਹੀਂ ਉਹ ਲੇਬਰ ਆਪਣੇ ਕੰਮ ਕਰਨ ਆਉਂਦੇ ਸੀ ਜੀ ਹਾਂ ਤਾਂ ਉਹ ਫੇ ਤਿੰਨ ਭਰਾ ਆਏ ਸੀ ਪਹਿਲਾਂ ਸਾਡੇ ਬੱਬਾ ਜੀ ਹੁਣੀ ਜੀ ਤਾਂ ਫੇ ਉਹਨਾਂ ਤੋਂ ਬਾਅਦ ਸਾਡੇ ਡੈਡੀ ਹੁਣੀ ਮਗਾ ਲਏ ਉਹਨੂੰ ਇੰਡੀਆ ਤੋਂ ਜੀ ਹਾਂ ਤਾਂ ਫੇ ਹੌਲੀ ਹੌਲੀ ਅਸੀਂ ਫਰਸਟ ਟਾਈਮ 1970 ਚ ਸਹੀ ਆਈਆਂ ਟੱਬਰ ਜਿੱਦਾਂ ਤੁਸੀਂ ਇੱਥੇ ਦੇ ਨਹੀਂ ਬੋਰਨ ਨਹੀਂ 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 ਮੈਂ 6 ਕਲਾਸਾਂ ਇੰਡੀਆ ਪੜ੍ਹ ਕੇ ਆਇਆ 6 ਇੱਥੇ ਉੱਥੇ ਕਿਹੜਾ ਪਿੰਡ ਆ ਉਹ ਸਾਡੇ ਸਾਲੋਂ ਆ ਜੀ ਸਾਲਾਂ ਸਕੂਪ ਨਵੇਂ ਸ਼ਹਿਰ ਕੋਲ ਆ ਤਾਂ ਪੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਕੰਮ ਕਰਕੇ ਥੋੜਾ ਜਿਹਾ 5-7 ਸਾਲ ਲਾ ਕੇ ਪੈਸੇ ਲੈ ਕੇ ਇੰਡੀਆ ਚਲ ਜਾਂਦੇ ਸੀਗੇ ਉੱਥੇ ਜਾ ਕੇ ਜ਼ਮੀਨ ਜ਼ਮਾਨ ਖਰੀਦ ਲੈਂਦੇ ਹਾਂ ਹਾਂ ਫੇਰ ਘਰ-ਬਾਰ ਪਾ ਲਾਏ ਉੱਥੇ ਜੋ ਜੋ ਸਿਸਟਮ ਸੀਗਾ ਇਹ ਪਹਿਲਾਂ ਬੁੜਿਆਂ ਦਾ ਫੇਰ ਟੱਬਰ ਜਿਸ ਲਈ ਆਉਣ ਲੱਗੇ ਆ 60 ਤੋਂ ਸ਼ੁਰੂ ਹੋਏ ਇੱਥੇ ਟੱਬਰ ਤਾਂ ਸਾਡੇ ਫੇਰ ਤਿੰਨ ਸਾਡੇ ਡੈਡੀ ਹੁਣੀ ਭਰਾ ਸੀਗੇ ਦੋ ਸਾਡੀਆਂ ਭੂਆ ਸੀਆਂ ਭੂਆ ਤਾਂ ਫੇ ਉਹਨੇ ਇੰਡੀਆ ਵਿਆਹ ਤੀਆਂ ਕਹਿੰਦੇ ਵੀ ਲੇਡੀਜ਼ ਲਈ ਲਾਈਫ ਇੱਥੇ ਟੂ ਹਾਰਡ ਆ ਤਾਂ ਬੰਦੇ ਤਾਂ ਚਲੋ ਆਪਣੇ ਫਾਦਰ ਦੇ ਨਾਲ ਅਡਜਸਟਮੈਂਟ ਕਰ ਲੈਂਦੇ ਸੀਗੇ ਉਹ ਕਿਤੇ ਨਾ ਕਿਤੇ ਜਿਹੜਾ ਵਾ ਰੱਬਾ ਹਨ ਹੋਣੀ ਕਦੋਂ ਤੱਕ ਹੋਊਗੀ ਤੀ ਗਰੀਬ ਦੀ ਕਿੰਨਾ ਕਚੇ ਰੋ ਕੁੜੀਆਂ ਨਾਲ ਤਕਰੀਬਨ ਤੱਕਾ ਹੀ ਹੁੰਦਾ ਆ ਰਿਹਾ ਵੇਖੋ ਅੱਜ ਅੱਜ ਵੀ ਚਾ ਇਹ ਲੋੜੀ ਦਾ ਦੇਣ ਆ ਉਹ ਆਪਾਂ ਗੱਲਾਂ ਦਮਗਾ ਜੇ ਬੜੇ ਮਾਰੀ ਜਾਂਦੇ ਕੁੜੀਆਂ ਮੁੰਡਿਆਂ 'ਚ ਫਰਕ ਨਹੀਂ ਕੁੜੀਆਂ ਮੁੰਡਿਆਂ 'ਚ ਫਰਕ ਨਹੀਂ ਤੇ ਜਦੋਂ ਕੁੜੀ ਹੁੰਦੀ ਆ ਦਰਅਸਲ ਦੇ ਵਿੱਚ ਜਿਹੜੀ ਨਾ ਹੁੰਦੀ ਉਹਨੂੰ ਬੜੇ ਤਾਣੇ ਮਿਹਣੇ ਜਿਹੜੇ ਅਸਣੇ ਪੈਂਦੇ ਆ ਕਿਉਂਕਿ ਜਦੋਂ ਇੱਕ ਬੰਨੇ ਲੋੜੀ ਦਾ ਦੇਣ ਆਉਂਦੇ ਆ ਲੋਕ ਜਦੋਂ ਮੁੰਡੇ ਹੁੰਦੇ ਆ ਲੋੜੀਆਂ ਵੰਡੀਆਂ ਵਾਂ ਉਹ ਗਰਵਖਰੀਆ ਕੀ ਅੱਜਕੱਲ੍ਹ ਰਵਾਜ ਚੱਲ ਪਿਆ ਕੁੜੀਆਂ ਲਈ ਪਰ ਜਿਹੜੇ ਤੰਨੇ ਮੈਨੇ ਉਹ ਬੜਾ ਇੱਕ ਕੰਮ ਖਰਾਬ ਕਰਦੇ ਆ ਇਹ 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 ਉਹ ਕਾਰਨ ਨਹੀਂ ਕਿ ਤੁਸੀਂ ਤੁਹਾਡੇ ਡੈਡੀ ਆ ਕੇ ਸਾਰੇ ਆ ਕੇ ਤੇ ਭੂਆਵਰੀ ਕਹਿੰਦਾ ਜੀ ਨਹੀਂ ਕੁੜੀਆਂ ਲਈ ਉਹ ਕਾਬਲ ਨਹੀਂ ਉਹ ਫਿਰ ਜਿਹੜੇ ਸਿੰਗਲ ਸੀਗੇ ਜਿੱਦਾਂ ਪੇ ਸਾਡੇ ਡੈਡੀ ਹੋਣੇ ਉਹ ਫੇ ਕਹਿੰਦੇ ਸੀ ਲੇਡੀਜ਼ ਆ ਵੀ ਸਕਦੀਆਂ ਸੀ ਮਗਾ ਸਕਦਾ ਸਰਪਰ ਬਾਬਾ ਉਹ ਕਹਿੰਦਾ ਜਿਹੜੇ ਹਸਾਬ ਨਾਲ ਰਹਿੰਦੇ ਬਹਿੰਦੇ ਜਿਹੜੇ ਹਸਾਬ ਨਾਲ ਕੰਮ ਕਰਦੇ ਸੇ ਖੇਤੀਬਾੜੀ ਦੇ ਹੈਵੀ ਸਗੇ ਜੇ ਫਿਜ਼ੀਕਲ ਕੰਮ ਸਗੇ ਉਹ ਫੇ ਲੇਡੀਜ਼ ਨੇ ਕਹਿੰਦੇ ਕੋਈ ਫਾਇਦਾ ਨਹੀਂ ਇੱਥੇ ਲੈ ਉਹਨਾਂ ਨੇ ਫੇ ਇੰਡੀਆ ਜਾ ਕੇ ਵਿਆਹਤਾ ਸਾਡੇ ਡੈਡੀ ਹੋਣੀ ਵੀ ਇੰਡੀਆ ਵਿਆਹ ਹੋਗਾ ਤੇ ਤੁਸੀਂ ਕੀ ਕਰਦੇ ਆਂ ਅੱਜ ਕੱਲ ਅਸੀਂ ਤਾਂ ਜੋਬ ਸਾਡੇ ਬਾਬਾ ਜੀ ਕਰਦੇ ਸੇ ਜਿਹੜਾ ਸਾਡੇ ਬਾਬੇ ਦਾ ਫਾਰਮ ਸਾਡੇ ਕੋਲ ਆ ਹਲੇ ਉਹਨਾਂ ਫਾਰਮ ਲਿਆ ਸੀ ਕਾ ਦਾ ਫਾਰਮ ਸੀ ਅੱਛਾ ਪਹਿਲਾਂ ਕੇਲਾ ਗਰੋ ਕਰਦੇ ਸੀ ਅਸੀਂ ਸਾਰਾ ਸ਼ਹਿਰ ਕੇਲੇ ਦੇ ਸਰਤੇ ਸਗਾ ਤਾਂ ਫੇਰ ਹੁਣ 10-15 ਸਾਲ ਹੋ ਗਏ ਕੇਲਾ ਥੋੜਾ ਜਿਹਾ ਸਕਵੀਜ਼ ਹਟ ਹੋ ਗਿਆ ਇੰਡਸਟਰੀ ਫੇਲ ਹੋ ਗਈ ਸਾਡੇ ਇੱਥੇ ਕੇਲਾ ਕਿਹਨੀ ਕਿਸਮ ਦਾ ਵਾ ਕੇਲਾ ਦੋ ਇੱਕ ਮੇਨ ਜਿਹੜੀ ਕਿਸਮ ਇੱਕੋ ਹੀ ਆ ਤਾਂ ਬਾਕੀ ਜਿਹੜੀ ਡਿਲਕ ਸੀ ਆ ਛੋਟ ਛੋਟੀਆਂ ਕੋਈ ਆਇਲੈਂਡਰ ਆਪਣੇ ਪ੍ਰਫਰ ਕਰਦੇ ਆ ਜਾਂ ਦੋ ਚਾਰ ਕੰਟਰੀ ਉਹ ਫੇਰ ਥੋੜਾ ਥੋੜਾ ਕੇਲਾ ਗਰੋ ਹੁੰਦਾ ਜਿਹੜੀ ਮੇਨ ਆਈਟਮ ਜਿਹੜੀ ਉਹ ਇੱਕੋ ਹੀ ਆ ਅਸੀਂ ਆਈਏ ਸਿਡਨੀ ਤੋਂ ਰੂਮੀ ਸਾਹਿਬ ਕੀ ਸੀ ਉਹ ਜਿੱਥੇ ਆਪਣਾ ਕੇਲੇ ਦਾ ਬਣਾਇਆ ਸੀ ਬਨਾਣਾ ਬੀਗ ਬਨਾਣਾ ਪਿਆਰੇ ਦਰਜ ਕੋ ਬੀਗ ਬਨਾਣਾ ਸੀ ਤਾਂ ਉਹਦੀ ਸਿੰਦਰੀ ਵੀ ਦਿਖਾਵਾਂਗੇ ਜਾਣ ਲੱਗੇ ਐਡਾ ਵੱਡਾ ਬਨਾਣ ਉਥੇ ਇੱਕ ਸਿੰਦਰੀ ਬਣਾਈ ਆ ਕਿ ਲੋਕੀ ਆਉਂਦੇ ਆ ਟੂਰਿਸਟ ਉਥੇ ਫੋਟੋ ਖਿਚਾਉਂਦੇ ਆ ਕਿਉਂਕਿ ਇਹ ਏਰੀਆ ਬਲਗੁਲਗਾ ਦਾ ਜਿਹੜਾ ਏਰੀਆ ਜਿੱਥੇ ਬੈਠੇ ਆ ਇਹ ਬਲੈਕਬਰੀ ਰਸਬਰੀ ਬਨਾਣ ਦਾ ਜਿਹੜਾ ਵਾ ਖੇਤਾਂ ਦੇ ਖੇਤ ਆ ਇੱਥੇ ਆਏ ਆ ਤੇ ਅੱਜ ਕੱਲ ਤੁਹਾਡੇ ਕੋ ਜਿਹੜੇ ਬਨਾਣਦੇ ਆ ਜਿਹੜੇ ਫਾਰਮਾਂ ਜਾਂ ਕਾਦੇ ਆ ਹੁਣ ਇਸ ਵੇਲੇ ਜਿੱਦਾਂ ਤੁਹਾਨੂੰ ਦੱਸਿਆ ਜਿਹੜੀ ਕੇਲੇ ਦੀ ਇੰਡਸਟਰੀ ਸੀ ਉਹ ਫੇਲ ਹੋ ਗਈ ਆ 10 12 ਸਾਲ ਹੋ ਗਏ ਆ ਉਹ ਫੇ ਜਿਹੜਾ ਬਿਗ ਬਣਾਣਾ ਆ ਉਹ ਪਹਿਲੇ ਟਾਈਮਾਂ ਚ ਜਿਹੜਾ ਏਰੀਆ ਇਹ ਕੇਲੇ ਦੇ ਸੀਗਾ ਆਪਣੇ ਸਿਰ ਤੇ ਹੁਣ ਜਾਣੀ ਕਿ ਜਿਹੜੀ ਦੂਜੀ ਨਾਲ ਦੀ ਸਟਰੀਟ ਆ ਕੋਇਨਜ਼ਲੈਂਡ ਆ ਉੱਥੇ ਕੇਲਾ ਵਧ ਹੀ ਗਿਆ ਸਾਡਾ ਘਟੀ ਗਿਆ ਉਧਰ ਕੇਲਾ ਹੁਣ ਬਹੁਤ ਲਾ ਲਿਆ ਉਹਨੇ ਅਸੀਂ ਫੇ ਹੌਲੀ ਹੌਲੀ ਸਕুইਜ਼ਟ ਹੋ ਗਏ ਹੁਣ ਸਾਡੇ ਕੰਮ ਜਿੱਦਾਂ ਕਹਿੰਦੇ ਹੁੰਦੇ ఎవਰੀਥਿੰਗ ਹੈਪਨਸ ਫॉर ਅ ਰੀਜ਼ਨ ਕੋਈ ਰੀਜ਼ਨ ਹੁੰਦਾ ਕਾ ਤੇ ਕੋਈ ਚੀਜ਼ ਚੇਂਜ ਹੁੰਦੀ ਆ ਇਸ ਹੁਣ 10 15 ਸਾਲ ਹੋ ਗਏ ਬਲੂ ਬੇਰੀ ਦਾ ਕਾਫੀ ਬੜੀ ਸਕੇਲ ਤੇ ਕੰਮ ਹੋ ਰਿਹਾ ਆ ਤਾਂ ਉਹ ਵੀ ਫੇਜ ਜਿੱਦਾਂ ਹੁਣ ਰੱਬ ਰੱਖਾ ਇਹ ਵੀ ਪੈਸੇ ਵੀ ਸੋਹਣੇ ਆ ਕੰਮ ਵੀ ਫਿਜ਼ੀਕਲ ਇੰਨਾ ਨਹੀਂ ਹੈ ਜਿੱਦਾਂ ਇਕੱਲੇ ਦਾ ਸੀਗਾ ਜਿਹੜੀ ਤੁਹਾਡੇ ਬਲੈਕ ਬੁਰੀ ਆ ਜਿਹੜੀ ਆ ਬਿਰੂ ਬਰੀ ਜਿਹੜੀ ਆ ਇਹ ਕਿੰਨੇ ਕਿ ਏਰੀਆ ਚ ਲੱਗੀ ਤੁਹਾਡੇ ਇਹ ਜਾਨਕ ਸਾਡੇ ਫਾਰਮ ਦੇ ਸੀ ਗੱਲ ਕਰਦੇ ਆ ਸਾਡੇ ਕੋ 35 ਏਕੜ ਸੀ ਤੋੜਦੇ ਆ ਬੇਰੀ 30 ਏਕੜ ਜਿਹੜੀ ਆ ਜਦੋਂ ਤੁਸੀਂ ਤੋੜਦੇ ਆ ਇਕੱਠੀ ਉਹ ਇੱਕ ਦਿਨ ਚ ਟੁੱਟ ਜਾਂਦੀ ਆ ਨਹੀਂ 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 ਉਹ ਇਦਾਂ ਹੁਣ ਅਸੀਂ ਤਿੰਨ ਵੈਰਾਈਟੀਆਂ ਗਰੋ ਕਰਦੇ ਆ ਤਾਂ ਜਿਹੜਾ ਸਾਡਾ ਪਿਕਿੰਗ ਸੀਜ਼ਨ ਆ ਉਹ ਅਪ ਟੂ ਕਲੋਸ ਟੂ 10 ਮਹੀਨੇ ਆ ਕਰਕੇ ਜਿਹੜੀਆਂ ਤਿੰਨੇ ਵੈਰਾਈਟੀਆਂ ਇਕੱਠੀਆਂ ਨਹੀਂ ਹੁੰਦੀਆਂ ਹੈ ਕਿੰਨੇ ਮਹੀਨੇ ਦਾ ਸੀਜ਼ਨ ਹੁੰਦਾ ਹੈ ਇਹ অলਮੋਸਟ 10 ਮਹੀਨੇ ਬੈਰੀ ਚੱਲਦੀ ਹੈ ਅਗਰ ਤਿੰਨ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਇੱਕ ਇੱਕ ਟੁੱਟ ਜਾਂਦੀ ਆ ਦੂਜੀ ਸ਼ੁਰੂ ਹੋਣ ਵਾਲੀ ਹੁੰਦੀ ਆ ਜਦੋਂ ਤੁਸੀਂ ਤੋੜਦੇ ਆ ਤੇ ਕਿੰਨੇ ਕੁ ਕਵੈਂਟਰ ਦੇ ਹਿਸਾਬ ਨਾਲ ਉਹ ਟੁੱਟ ਜਾਂਦੀ ਆ ਅੱਛਾ ਇਹ ਹੁਣ ਡਿਪੈਂਡ ਹੈ ਤੁਸੀਂ 35 ਏਕੜਾਂ 'ਚ 35 ਏਕੜ ਲਾਈਓ ਕਿਹੜੀ-ਕਿਹੜੀ ਵੈਰਾਈਟੀ ਆ ਉੱਤੇ ਡਿਪੈਂਡ ਹੈ ਆ ਸੋ ਫਿਰ ਤੇ ਨੋਟਾਂ 'ਚ ਤੁਸੀਂ ਖੇਡਦੇ ਆ ਕਿਉਂਕਿ ਵਹੀਂ ਵੇਖਿਆ ਜਿਹੜੀ ਬਲੈਕ ਬਰੀ ਆ ਬਲੂ ਬਰੀ ਜਿਹੜੀ ਆ ਇਹ ਮਹਿੰਗੀ ਬੜੀ ਆ ਇਹ ਬਹੁਤ ਭਾਜੀ ਮਹਿੰਗੀ ਸਾਨੂੰ ਲੱਗਦੀ ਆ ਵੈਸੇ ਜਿਹੜਾ ਕਾਸਟ ਆਫ ਲਿਵਿੰਗ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਇਸ ਵਨ ਆਫ ਦਾ ਹਾਰਸਟ ਇਨ ਦਾ ਵਰਲਡ ਜਿਹੜੀ ਸਾਡੇ ਮਿਨਮਮ ਜਿਹੜੇ ਵਰਡ ਵੇਜਸ ਆ ਉਹ 22 ਡਾਲਰ ਆ ਘੱਟੋ ਘੱਟ 23 23 ਸੌਰੀ ਫਿਰ 9.5% ਸੁਪਰਨੀਸ਼ਨ ਉਹ ਵੀ ਕੰਪਲਸਰੀ ਹੈ ਸੋ ਜਿਹੜੀ ਚੀਜ਼ ਤੁਸੀਂ ਮਹਿੰਗੀਆਂ ਕਹਿੰਦੇ ਆ ਉਹ ਜਸਟੀਫਾਈ ਕਰਨੀਆਂ ਪੈਣੀਆਂ ਪੈਣੀਆਂ ਕਰਕੇ ਕਾਸਟ ਆਫ ਪ੍ਰੋਡਕਸ਼ਨ ਕਾਫੀ ਆ ਤੋ ਮੈਂ ਫਿਰ ਤੁਹਾਡੇ ਵਾਲਾ ਹੁਣ ਮੈਂ ਹੁਣ ਜਾਣਾ ਮਾ ਸਰਦਾਰ ਅਜੀਤ ਸਿੰਘ ਜੀ ਹਲੇ ਨੂਰਪੁਰ ਜੀ ਹਲੇ ਅ ਅਜੀਤ ਸਿੰਘ ਨੂਰਪੁਰ ਜੀ ਤੁਹਾਡਾ ਜੀਵਨ ਜਿਹੜਾ ਕਿੱਥੋਂ ਸ਼ੁਰੂ ਹੋਇਆ ਕਿਹੜਾ ਪਿੰਡ ਆਪਣਾ ਦੌਲਤਖਾਨਾ ਕਿਹੜਾ ਮੇਰਾ ਪਿੰਡ ਨੂਰਪੁਰ ਜੱਟਾਂ ਜੀ ਸਾਡੇ ਮੇਰਾ ਪਿੰਡ ਤਾਂ ਛੋਟਾ ਜਿਹਾ ਹੀ ਆ ਪਰ ਸਾਡੇ ਕੋਲ ਵੱਡਾ ਪਿੰਡ ਹੈਗਾ ਮੋਹਰਾਂ ਵਾਲੇ ਹਾਂਜੀ ਤੇ ਮੈਂ 1974 ਚਿੱਥੇ ਆਇਆ ਜੀ ਹਾਂਜੀ 1974 ਚ 1974 ਜਦੋਂ ਤੁਸੀਂ ਆਏ ਤੇ ਤੁਹਾਡੇ ਵੱੱਡੇ ਵਡੇਰੇ ਵੀ ਇੱਥੇ ਸੀ ਕਿ ਜਾਂ ਨਹੀਂ ਜੀ ਮੇਰੇ ਇਨ-ਲੋਜ਼ ਇੱਥੇ ਸੀ ਜੀ ਮੈਂ ਮੈਰਿਜ ਵੇਸ ਤੇ ਇੱਥੇ ਆਇਆ ਸੀ ਹਾਂਜੀ ਅੱਜ ਕੱਲ ਕੀ ਕਰੀਦਾ ਅੱਜ ਕੱਲ ਬਲੀਵਰ ਜੀ ਵਾਹ ਜੀ ਵਾਹ ਵਾਹ ਜੀ ਵਾਹ ਅ ਦਰ ਅਸਲ ਦੇ ਵਿੱਚ ਆਪਾਂ ਜਿੰਨੇ ਵੀ ਜ਼ਿੰਮੇਵਾਰ ਆ ਨਾ ਆਪਾਂ ਇਹ ਕੰਮ ਕਰਕੇ ਬੜੇ ਖੁਸ਼ ਹੁੰਨੇ ਆ ਪਿਆਰੇ ਦਰਸ਼ਕੋ ਖੇਤਾਂ ਦਾ ਕੰਮ ਕਰਨਾ ਜੋ ਵੀ ਕੁਛ ਆ ਤੇ ਇਹਨਾਂ ਨੂੰ ਜਿਹੜੇ ਜਿਹੇ ਉੱਥੋਂ ਬੰਦਾ ਕੰਮ ਕਰਕੇ ਆਉਂਦਾ ਉਹੋ ਜਿਹਾ ਹੀ ਇਹ ਜਿਹੜਾ ਵਾ ਇਹ ਇੱਥੇ ਜਿਹੜਾ ਆਪਣਾ ਕੰਮ ਵੜ ਗਿਆ ਤੇ ਪ੍ਰੋਫੈਸਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਉਣਾ ਕਿ ਬਲਕੁਲਗਾ ਜਿਹੜਾ ਵਾ ਅਸੀਂ ਸਿੱਧੀ ਤੋਂ 600 ਮੀਲ ਆਏ ਆ ਕਿਲੋਮੀਟਰ ਔਰ ਇੰਨੀ ਉਥੇ ਆਬਾਦੀ ਆ ਉਹਨੂੰ ਮਿਨੀ ਪੰਜਾਬ ਦੇ ਨਾਲ ਨਾ ਜਾਣਿਆ ਜਾਂਦਾ ਤੇ ਉਥੇ ਗੁਰਦੁਆਰਾ ਜਿਹੜਾ ਬਾਅਦ ਦੇ ਵਿੱਚ ਬਣਿਆ ਕੀ ਕਾਰਨ ਆ ਕਿ ਜਾਂ ਇੱਥੇ ਉਦੋਂ ਆਬਾਦੀ ਜ਼ਿਆਦੀ ਸੀ ਕਿਉਂਕਿ ਪਿਆਰ ਪਿਆਰੇ ਦਸ਼ ਕੋ ਜਿਸ ਅਸੀਂ ਏਰੀਆ ਦੇ ਵਿੱਚ ਬੈਠੇ ਆ ਇਥੇ ਸਿੱਖਾਂ ਦਾ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾ ਫਰਸਟ ਸਿੱਖ ਟੈਂਪਲ ਉਹ ਇੱਥੇ ਬਣਿਆ ਪ੍ਰੋਫੈਸਰ ਸਾਹਿਬ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਸ ਟਾਈਮ ਦੇ ਵਿੱਚ ਇੱਥੇ ਬਾਦੀ ਜ਼ਿਆਦਾ ਸੀ ਜਾਂ ਉਧਰ ਬਾਦੀ ਘੱਟ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਸਿੱਖ ਆਸਟ੍ਰੇਲੀਆ ਦੇ ਵਿੱਚ 1880 ਦੇ ਲਾਗੇ ਛਾਗੇ ਹੋਣੇ ਸ਼ੁਰੂ ਹੋਏ ਆ ਔਰ ਉਸ ਵੇਲੇ ਇੰਗਲੈਂਡ ਵਾਲਿਆਂ ਨੇ ਇਹ ਕਲੋਨੀ ਐਸਟੈਬਲਿਸ਼ ਕਰਨੀ ਸੀ ਜਿਹੜੀ ਬੇਸਿਕ ਮਜ਼ਦੂਰੀ ਆ ਉਹ ਇੰਡੀਆ ਉਹਨਾਂ ਦੇ ਅੰਡਰ ਸੀ ਉੱਥੋਂ ਹੀ ਮਿਲ ਸਕਦੀ ਸੀ ਸੋ ਉਸ ਵੇਲੇ ਸ਼ਿਪ ਜਿਹੜੇ ਆ ਭਰ ਕੇ ਆਉਂਦੇ ਸੀ ਜਿਹੜੇ ਸਿਡਨੀ ਉਤਰ ਗਏ ਜਾਂ ਆਸਟ੍ਰੇਲੀਆ ਉਤਰ ਗਏ ਨਾ ਜਾਣਦੇ ਹੋਏ ਵੀ ਕਿ ਆਸਟ੍ਰੇਲੀਆ ਆ ਉਹ ਨੋਰਮਲੀ ਆਨ ਦਾ ਵੇ ਫਿਜੀ ਤੇ ਇੱਥੇ ਉਤਰ ਗਏ ਆਸਟ੍ਰੇਲੀਆ ਆ ਗਏ ਸਭ ਤੋਂ ਪਹਿਲਾਂ ਜਿਹੜੇ ਇੱਥੇ ਆਣ ਕੇ ਬਸੇ ਲੋਕ ਉਹ ਇਦੋਂ ਵੀ ਕਹਾ ਕਵਿੰਸਲੈਂਡ ਦਾ ਏਰੀਆ ਸੀ ਜਿੱਥੇ ਜਾ ਕੇ ਉਹ ਬਸੇ ਉਸ ਵੇਲੇ ਆਸਟ੍ਰੇਲੀਆ 'ਚ ਬਲੈਕ ਆਸਟ੍ਰੇਲੀਆ ਤੇ ਵਾਈਟ ਆਸਟ੍ਰੇਲੀਆ ਦੀ ਪਾਲਿਸੀ ਚੱਲਦੀ ਸੀ। ਉਹ ਤੋਂ ਬਾਅਦ ਕੁਝ ਬੰਦੇ ਇੱਥੋਂ ਥੋੜਾ ਹੀ ਦੂਰਾਂਡੇ ਜਾ ਕੇ ਕੰਮ ਹੁੰਦਾ ਸੀ। ਜਿਆਦਾ ਗੰਨੇ ਦਾ ਗੰਨੇ 'ਚ ਕੰਮ ਕਰਦੇ ਸੀ, ਹੋਰ ਫਾਰਮਾਂ 'ਤੇ ਕਰਦੇ ਸੀ। ਛੱਲੀਆਂ ਕੱਢਣ ਤੋਂ ਲੈ ਕੇ ਹਰ ਤਰ੍ਹਾਂ ਦਾ ਕੰਮ ਆਪਣੇ ਬੰਦੇ ਕਰਦੇ ਸੀ। ਕੁਝ ਬੰਦੇ ਐਸ ਏਰੀਏ 'ਚ ਆਏ, ਇੱਥੇ ਦਾ ਜਿਹੜਾ ਐਟਮੋਸਫੀਅਰ ਹੈ, ਇੱਥੇ ਦਾ ਜਿਹੜਾ ਵਾਤਾਵਰਨ ਹੈ, ਉਹ ਸਾਰੀ ਦੁਨੀਆ ਚ 에ਪੋਰਟ ਮਕਵਾਰੀ ਸ਼ਹਿਰ ਤੋਂ ਲੈ ਕੇ ਤੇ ਗੋਲਡ ਕੋਸਟ ਤਾਈ 500 ਕਿਲੋਮੀਟਰ ਦਾ ਏਰੀਆ ਐ ਸਾ ਜਿੱਥੇ ਤੁਸੀਂ ਪੱਖੇ ਤੋਂ ਬਗੈਰ ਤੇ ਹੀਟਰ ਤੋਂ ਬਗੈਰ ਰਹਿ ਸਕਦੇ ਆ ਸਮੁੰਦਰ ਬਿਲਕੁਲ ਤੁਹਾਡੇ ਸਾਹਮਣੇ ਆ ਵਧੀਆ ਰੰਗीन ਪਹਾੜੀਆਂ ਤੁਹਾਡੇ ਪਿੱਛੇ ਆ ਤੇ ਉਹ ਬੰਦੇ ਜਦੋਂ ਇੱਥੇ ਆਏ ਉਹਨਾਂ ਨੇ ਦੇਖਿਆ ਵੀ ੜਕਦਾ ਬੜਾ ਵਧੀਆ ਉਦੋਂ ਵੈਸੇ ਕਿਸੇ ਨੂੰ ਇਹ ਨਹੀਂ ਪਤਾ ਵੀ ਇਲਾਕਾ ਇਦਾਂ ਪ੍ਰੋਗਰੈਸ ਕਰ ਜਾਊਗਾ ਉਹ 2-4 ਫੈਮਲੀਆਂ ਆ ਗਈਆਂ ਫਿਰ ਸਭ ਤੋਂ ਪਹਿਲਾਂ ਇੱਥੇ ਬਾਬਾ ਰਾਮ ਸਿੰਘ ਜੀ ਇੱਕ ਹੁੰਦੇ ਸੀ ਉਹ ਪ੍ਰੇਮ ਸਿੰਘ ਜੀ ਦੇ ਰਿਸ਼ਤੇਦਾਰ ਹੁੰਦੇ ਸੀ ਉਹ ਇੱਥੋਂ ਦੁਰਾਡੇ ਰਹਿੰਦੇ ਹੁੰਦੇ ਸੀ ਉਹਨੇ ਕਈ ਵਾਰੀ ਸਾਲ ਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਹਨੇ ਗ੍ਰੰਥ ਸਾਹਿਬ ਦੀ ਵੀੜ ਰੱਖਿਓ ਹੁੰਦੀ ਏ ਤੇ ਸਾਰੇ ਲੋਕ ਉੱਥੇ ਹੋ ਜਾਂਦੇ ਸੀ ਫਿਰ ਜਦੋਂ ਇੱਥੇ ਪਹਿਲੇ ਪਰਿਵਾਰ ਆ ਗਏ ਉਹਨਾਂ ਨੇ ਦੇਖਿਆ ਏਰੀਆ ਖਰਾ ਉਹਨਾਂ ਨੇ ਇੱਥੇ ਇਕਰਨ ਦਾ ਮਨ ਬਣਾਇਆ ਕੋਸ਼ਿਕ ਨੇ ਜਿਹੜੀ ਹੈਗਾ ਫਾਰਮਿੰਗ ਲਾਈਨ ਸਾਨੂੰ ਬੇਸਿਕਲੀ ਫਾਰਮਿੰਗ ਪਾਣੀ ਹੋਵੇ ਜ਼ਮੀਨ ਹੋਵੇ ਤਾਂ ਪਤਾ ਪੰਜਾਬ ਦੇ ਬੰਦਿਆਂ ਨੂੰ ਵੀ ਕੀ ਕਰਨਾ ਕੋਈ ਐਡੀ ਮੁਸ਼ਕਲ ਗੱਲ ਨਹੀਂ ਹੈਗੀ ਸੋ ਇੱਥੇ 10-15 ਫੈਮਲੀਆਂ ਆ ਗਈਆਂ 20 ਹੋ ਗਈਆਂ ਫਿਰ ਦੇਖਾ ਦੇਖੀ ਇੱਕ ਸਮਾਜ ਜਿਹਾ ਬਣ ਗਿਆ ਔਰ ਉਸ ਲਈ ਫਿਰ ਸਭ ਤੋਂ ਪਹਿਲਾ ਗੁਰਦੁਆਰਾ ਕਿਉਂਕਿ ਉਸ ਵੇਲੇ ਸਿਡਨੀ ਮੈਲਬਨ ਕਿਤੇ ਸਿੱਖਾਂ ਦੀ ਆਬਾਦੀ ਐਡੀ ਪੱਧਰ ਦੀ ਨਹੀਂ ਸੀ ਜਿਹੜੀ ਤੁਸੀਂ ਅੱਜ ਵੇਖਦੇ ਹੋ ਉਹ ਇੱਥੇ 71 ਹੁੰਦੇਗਾ ਤੇ ਇਸ ਲਈ ਪਹਿਲਾ ਗੁਰਦੁਆਰਾ ਸਾਹਿਬ ਸੇ ਜਿਹੜਾ ਉਹ ਇਸ ਬਲਗੋਲਗਾ ਦੇ ਵਿੱਚ ਸਟੈਬਲਿਸ਼ ਕੀਤਾ ਗਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਥੇ ਖੇਤੀਬਾੜੀ ਦਾ ਬੜਾ ਕੰਮ ਆ। ਇੱਕ ਮੈਂ ਪੁੱਛਣਾ ਚਾਹੁੰਨਾ ਪ੍ਰੋਫੈਸਰ ਸਾਹਿਬ ਇੱਥੇ ਜਿੱਦਾਂ ਆਪਣੇ ਪੰਜਾਬ ਦੇ ਵਿੱਚੋਂ ਪਾਣੀ ਨਿਕਲਦਾ ਖੇਤੀ ਲਈ ਬੰਬੀਆਂ ਟਿਊਬਨੋ ਵੀ ਲੱਗਦੇ ਇੱਥੇ। ਇੱਥੇ ਵੀ ਟਿਊਬਨਲ ਹੈਗੇ ਆ ਪਰ ਇੱਥੇ ਮੈਜੋਰਿਟੀ ਜਿਹੜਾ ਕਾਰੋਬਾਰ ਹੈਗਾ ਉਹ ਡੈਮ ਬਣਾ ਕੇ ਕਿਉਂਕਿ ਇਹ ਹਿੱਲੀ ਏਰੀਆ ਥੋੜਾ ਜਿਹਾ ਪਾਣੀ ਜਿੱਧਰ ਨੂੰ ਵੀ ਜਾਂਦਾ ਮੀ ਦਾ ਪਾਣੀ ਸਭ ਤੋਂ ਮੋਸਟ ਪਿਉਰੀਫਾਈਡ ਫਾਰਮ ਹੁੰਦੀ ਆ ਪਾਣੀ ਦੀ ਉਹਨੂੰ ਇਕੱਠਾ ਕਰ ਲਿਆ ਜਾਂਦਾ ਡੈਮ ਦੀ ਸ਼ਕਲ ਚ ਤੇ ਉਹਦੇ ਤੋਂ ਬੰਬੀਆਂ ਲਾ ਕੇ ਤਾਂ ਫੇਰ ਗਾਂ ਇਰੀਗੇਸ਼ਨ ਜਿਹੜਾ ਉਹ ਕੀਤਾ ਜਾਂਦਾ ਪਰ ਕਈਆਂ ਨੇ ਆਪਣੇ ਫਾਰਮਾਂ ਦੇ ਉੱਤੇ ਡੂੰਘੇ ਬੋਰ ਜਿਹੜੇ ਆ ਉਹ ਵੀ ਕੀਤੇ ਹੋਏ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਹੁਣਾਂ ਨੇ ਦੱਸਿਆ ਕਿ ਇਹ ਏਰੀਆ ਵਧੀਆ ਹੈ ਪੈਰ ਦੇ ਇਸ ਕੋ ਅਜੇ ਵੀ 40 42 ਡਿਗਰੀ ਟੈਂਪਰੇਚਰ ਹੈ ਤੇ ਪਤਾ ਨਹੀਂ ਲੱਗਦਾ ਮਹਿਸੂਸ ਨਹੀਂ ਹੁੰਦਾ ਵਾਕਿਆ ਇਹ ਗੱਲ ਤਾਂ ਹੀ ਮੰਨਣ ਵਾਲੀ ਆ ਪ੍ਰੋਫੈਸਰ ਸਾਹਿਬ ਕਿ ਮੌਸਮ ਵਧੀਆ ਇੱਥੇ ਮੈਂ ਸਤਵਿੰਦਰ ਸਿੰਘ ਰਾਏ ਹਲ ਜਾਨਾ ਵਾ ਛੋਟੇ ਵੀਰ ਜੀ ਤੁਸੀਂ ਆਪਣੇ ਜੀਵਨ ਬਾਰੇ ਕਿ ਕਿਹੜਾ ਤੁਹਾਡਾ ਪਿੰਡ ਆ ਤੇ ਕਦੋਂ ਇੱਥੇ ਆਉਣੀ ਹੋਏ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਸਾਡਾ ਪਿੰਡ ਹੈਗਾ ਜੀ ਨਮਾ ਸ਼ਹਿਰ ਤੋਂ ਰਾਹ ਹ ਰੋਡ ਤੇ ਹਾਂਜੀ ਪਿੰਡ ਦਾ ਨਾਮ ਹੈਗਾ ਜਾਫਰਪੁਰ ਤੇ ਸਾਡੇ ਨਾਲ ਪਿੰਡ ਹੈਗਾ ਹਿਆਲਾ ਕਾਫੀ ਮਸ਼ਹੂਰ ਉੱਥੇ ਦਸਹਿਰਾ ਲੱਗਦਾ ਹੈ ਤੇ ਅਸੀਂ ਆਏ ਹਾਂ ਕਿ ਇੱਥੇ 1986 ਵਿੱਚ 1986 ਤੁਹਾਡੇ ਵੱਡ-ਵਡੇਰਿ ਇੱਥੇ ਆਏ ਕਿ ਜਾਂ ਤੁਸੀਂ ਨਹੀਂ ਸਾਡੇ ਮਾਮਾ ਜੀ ਪਹਿਲਾਂ ਆਏ ਸੀ ਤੇ ਇੱਥੇ ਆਣ ਕੇ ਤੁਸੀਂ ਕੀ ਕਾਰੋਬਾਰ ਕੀਤਾ ਆਏ اسی ਸ਼ਹਿਰ ਦੇ ਵਿੱਚ ਤੇ اسی ਰਹਿ ਗਏ ਜਾਂ ਪਹਿਲਾਂ ਹੋਰ ਕਿਤੇ ਆਏ ਕਿਸੇ ਸ਼ਹਿਰ ਵਿੱਚ ਆਏ ਇੱਥੇ ਇੱਥੇ ਕੀ ਕਾਰੋਬਾਰ ਕਰ ਰਹੇ ਆਂ ਇੱਥੇ ਜਿੱਦਾਂ ਸਾਡੇ ਮਾਮਾ ਜੀ ਕੰਮ ਫਾਰਮ ਸੀ ਬਣਾਨੇ ਦੇ ਉਹਨਾਂ ਦੇ ਤੇ ਅਸੀਂ ਉਹਨਾਂ ਦੇ ਨਾਲ ਲਾ ਕੇ ਉਹਨਾਂ ਵੱਲ ਦੇਖ ਕੇ ਉਹਨਾਂ ਨਾਲ ਹੈਲਪ ਕੰਮ ਕਰਕੇ ਤੇ ਫਿਰ ਅਸੀਂ ਆਪਣਾ ਫਾਰਮ ਲੈ ਲਿਆ ਜਿਹੜੀ ਬੜੀ ਮੌਸੀ ਨਾਲੇ ਬਣਾਨੇ ਤੋੜਨੇ ਦੇ ਨਾਲੇ ਖਾਣੇ ਨਾਲੇ ਪੁੱਨ ਤੇ ਨਾਲੇ ਫਲੀਆਂ ਹੈ ਜਿੰਦਾ ਉਹ ਕੰਮ ਕਰਦੇ ਸੀ ਅਸੀਂ ਉਸ ਹਿਸਾਬ ਨਾਲ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਕੇ ਬਾਅਦ ਵਿੱਚ ਆਪਾਂ ਹੋਰ ਇਨਫੋਰਮੇਸ਼ਨ ਲਵਾਂਗੇ ਕਿ ਕਾਰੋਬਾਰ ਕਦੋਂ ਸ਼ੁਰੂ ਕੀਤਾ ਕਿੰਨਾ ਵਾ ਸੋ ਮੈਂ ਜਨਾ ਪਰਮਜੀਤ ਸਿੰਘ ਜੀ ਭੱਟੀ ਸਾਹਿਬ ਵਾਲੇ ਪਰਮਜੀਤ ਸਿੰਘ ਜੀ ਭੱਟੀ ਜੀ ਮੈਂ ਸਮਝਦਾ ਵੇ ਤੁਹਾਡੇ ਦਿਲ ਦੇ ਬਰਬਲੇ ਆ ਅਜੇ ਤੁਹਾਡੀ ਤਸल्ली ਨਹੀਂ ਹੋਈ ਜਿਹੜੀ ਤੁਹਾਡੇ ਅੰਦਰ ਦੀ ਚੀਜ਼ ਨੂੰ ਬਾਹਰ ਕਢੋਕੀ ਕਹਿਣਾ ਚਾਹੁੰਦੇ ਅੱਛਾ ਮੈਂ ਮੜ ਜਾਇ ਪਹਿਲਾਂ ਭੁੱਲ ਗਿਆ ਗੱਲ ਦੱਸਣੇ ਨੂੰ ਕਿ ਜਿਹੜਾ ਮੇਨ ਜਿਹੜੀਆਂ ਪਹਿਲੀਆਂ 6 ਤੋਂ 10 ਫੈਮਲੀ ਅਸੀਂ origignal ਉਹ ਸਾਰੀਆਂ ਹੈਪਨ ਟੂ ਬੀ ਨਵਾ ਸ਼ਹਿਰ ਦਾ ਬੰਗੜ ਆਪਣੇ ਏਰੀਆ ਦੇ ਸੀ 10 ਕਿਲੋਮੀਟਰ ਰੇਡੀਅਸ ਦੀਆਂ ਸੀਗੀਆਂ ਜਿਹੜਾ ਫੇ ਕੋ ਲਿੰਕ ਉਹਨਾਂ ਦਾ ਇੰਡੀਆ ਸੀਗਾ ਕਿਸੇ ਦੇ ਨਾਲ ਜਾਂ ਉਹ ਕਿਸੇ ਹੋਰ ਵੀ ਪਾਸੇ ਸੀਗਾ ਉਹ ਫੇ ਇੱਥੇ ਨੂੰ ਖਿੱਚ ਪਈ ਉਹਨਾਂ ਦੀ ਜਾਂ ਉਹਨਾਂ ਦਾ ਲਿੰਕ ਪਿੰਡ ਸੇ ਪਿੰਡ ਸਾਡੀ ਆਉਣੀ ਜਾਣੀ ਸੀ ਪੰਜ ਸੱਤਾ ਪਿੰਡਾਂ ਨਾਲ ਪਹਿਲਾਂ ਵੀ ਸੀਗੀ ਇਹ ਪਤਾ ਨਹੀਂ ਕਿੰਨਾ ਫੇ ਬੋੜੇ ਪਹਿਲਾਂ ਵੀ ਲਿੰਕ ਹੋ ਗਏ ਜਿਹੜਾ ਕੋ ਇੱਥੇ ਆ ਗਿਆ ਉਹ ਫੇ ਇੱਥੇ ਇੱਥੇ ਭਰਤੀ ਹੋ ਗਿਆ ਯਾਨੀ ਕਿ ਤਾਂ ਪੋਪੂਲੇਸ਼ਨ ਥੋੜੀ ਵਧੀ ਆ ਤੁਹਾਡੀ ਗੱਲ ਪੱਟੀ ਸਾਹਿਬ ਬੜੀ ਵਧੀਆ ਜੇ ਤੁਸੀਂ ਤਾਡੀ ਬੱਲੇ ਬੱਲੇ ਜੇ ਵਰਲਡ ਦੇ ਵਿੱਚ ਸਾਰੇ ਦੁਆਬੀ ਇਹ ਪਹਿਲਾਂ ਮੱਲਾ ਮਾਰੀਆਂ ਵਾਂ ਤੇ ਦੂਜਿਆਂ ਨੂੰ ਤੇ ਆਂਦੇ ਹੁੰਦੇ ਨੇ ਨਾ ਰੈਂਦ ਖੁੰਦੂ ਮਿਲੀ ਆ ਦੂਜੇ ਡਿਸਟ੍ਰਿਕਟ ਵਾਲਿਆਂ ਨੂੰ ਤੇ ਤੁਹਾਨੂੰ ਇਹ ਗੱਲ ਦੀ ਖੁਸ਼ੀ ਹੋਊਗੀ ਕਿ ਜਿਹੜਾ ਸਿੱਖ ਚੈਨਲ ਹੈ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਜੀ ਹਾਂਜੀ ਇਹ ਨੌਜਵਾਨ ਨੇ ਉਥੇ ਚਲਾਇਆ ਬੌਰਨ ਇੰਗਲੈਂਡ ਦਾ ਤੇ ਇਹ ਵੀ ਤੁਹਾਡੇ ਨਵੇਂ ਸ਼ਹਿਰ ਲਾ ਕੇ ਪਿੰਡ ਆ ਬਹੁਤ ਵਧੀਆ ਬਤਾਇਆ ਪੇਦਾ ਸੋ ਮੈਂ ਪ੍ਰੋਫੈਸਰ ਸਾਹਿਬ ਵੱਲੇ ਜਨਾਬ ਪ੍ਰੋਫੈਸਰ ਸਾਹਿਬ ਜੀ ਜਿਸ ਤਰ੍ਹਾਂ ਤਾਂ ਹਾਂ ਬੜਾ ਦਸਿਆ ਬੜੀ ਨੌਜ ਦਿੱਤੀ ਇੱਥੇ ਦੇ ਸਿਖਾਂ ਦੇ ਇੱਥੇ ਦੇ ਵਾਤਾਵਰਨ ਇੱਥੇ ਦੇ ਬਾਗ ਤੇ ਤੁਸੀਂ ਕੀ ਸੋਚਦੇ ਹੋ ਕਿ ਕਿੰਨੇ ਕ ਸਿਖਾ ਇਹ ਜਿਹੜਾ ਬਲਗੁਰਗਾ ਜਿਹੜਾ ਸ਼ਹਿਰ ਹੈ ਇਹਦੇ ਵਿੱਚ ਕਿੰਨੇ ਕ ਸਿਖਾਂ ਦੀ ਆਬਾਦੀ ਹੋਊਗੀ ਇੱਥੇ ਕੋਈ 700 ਦੇ 7-800 ਫੈਮਲੀਆਂ ਹੈਗੀਆਂ ਐਵਰੇਜ ਫੈਮਲੀ ਦੇ ਵਿੱਚ 5 ਤੋਂ 6 ਜੀ ਹੈਗੇ ਆ 7 ਜੀ 10 ਜੀ ਵੀ ਹੈਗੇ ਆ ਕੋਈ 15 ਕ ਹਜ਼ਾਰ ਦੇ ਕਰੀਬ ਸਾਡੀ ਬਲਗਈ ਕਾਪ ਸਰਬਰ ਪਾਕ ਹੈ ਕਾਪ ਸਾਬਰ ਸਾਡਾ ਮੇਨ ਡਿਸਟ੍ਰਿਕਟ ਹੈ ਬਲਗੋਲਗਾ ਸੀ ਉਹਨਾਂ ਦੇ ਅੰਦਰ ਹੈ ਉਹ ਸਾਡਾ ਜਿਦਾ ਇੱਕ ਜ਼ਿਲ੍ਹਾ ਹੁੰਦਾਗਾ ਹਾਂ ਛੋਟੇ ਸ਼ਹਿਰ ਕਹਿ ਲਓ ਸੋ ਤਕਰੀਬਨ 25 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ 10 12 ਤੋਂ 15000 ਦੀ ਸਿੱਖਾਂ ਦੀ ਆਬਾਦੀ ਇੱਥੇ ਹੈਗੀ ਆ ਜਿਹੜੀ ਬਣੀ ਛੋਟੇ ਥਾਂ ਜੋ ਸਿਰਣੀ ਚ ਆਬਾਦੀ ਵੱਧ ਹੈ ਪਰ ਉਹ ਸਾਰੇ ਸਕੈਟਰਡ ਨੇ ਦੂਰ ਦੂਰ ਨੇ ਇੱਥੇ ਅਸੀਂ ਇਕੱਠੇ ਹੋਣਾ ਹੋਵੇ ਤੇ ਬਸ ਦਾਸ ਫੋਨ ਕਰ ਲਾਓ ਤੇ ਅਸੀਂ ਸ਼ੋਰਟ ਨੋਟਿਸ ਤੇ ਵੀ ਕੱਟੇ ਹੋ ਜੀਦਾ ਜਿਹੜਾ ਕਿ ਸਿਡਨੀ ਮੈਲਬਨ ਉਹਨਾਂ ਸ਼ਹਿਰਾਂ ਦੇ ਵਿੱਚ ਪੋਸੀਬਲ ਨਹੀਂ ਪ੍ਰੋਫੈਸਰ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਮੱਲਾ ਮਾਰੀਆਂ ਵਾਂ ਸਿਖਾ ਨੇ ਸਿੱਖ ਜਣ ਦੀ ਟੀਮ ਕੈਨੇਡਾ ਜਾ ਕੇ ਆਈ ਆ ਉੱਥੇ ਬਹੁਤ ਮੱਲਾ ਮਾਰੀਆਂ ਆਪਣੇ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸਾਜਣਵਾਲੀ ਸੁਖੇਤਾ ਧਾਰੀਵਾਲ ਮਨਿੰਦਰ ਸਿੰਘ ਸਰਾਏ ਇੱਥੇ ਦੀ ਜਿਹੜੀ ਸਿਆਸਤ ਦੇ ਵਿੱਚ ਕਿੰਨਾ ਲੋਕਾਂ ਦਾ ਇੰਟਰਸਟ ਹੈ ਇੱਥੇ ਆ ਜਿਹੜੀ ਆ ਕਾਉਂਸਲਰ ਸਮਝ ਲਓ ਜਾਂ ਪੋਲਿਟਿਕਸ ਦੇ ਵਿੱਚ ਜਿਹੜਾ ਐਮਪੀ ਸਮਝ ਲਓ ਉਹ ਸਿੱਖ ਜਿੱਥੇ ਵੀ ਗਏ ਨੇ ਜੋ ਹਰ ਤਰੀਕੇ ਹਰ ਫੀਲਡ ਦੇ ਵਿੱਚ ਐਸਟੈਬਲਿਸ਼ ਹੋਏ ਨੇ ਇੱਥੇ ਵੀ ਹੁਣ ਸਿਟੀਆਂ ਦੇ ਵਿੱਚ ਕੋਈ ਸਿੱਖ ਸਿਡਨੀ ਦੇ ਵਿੱਚ ਮੇਰਾ ਖਿਆਲ ਲਾਸਟ ਇਲੈਕਸ਼ਨ ਲੜੀ ਸੀ ਸਾਡੇ ਇੱਥੇ ਵੀ ਕਾਉਂਸਲਰ ਹਨ ਆਪਣੇ ਅਸਰਾਰ ਜੋਰਾਬੜ ਸਿੰਘ ਉਹ ਕਾਉਂਸਲਰ ਹੈ ਕਬਸਾਰ ਪਰਸਾ ਕੈਂਸਲ ਦਾ ਸੋ ਹੌਲੀ ਹੌਲੀ ਜਿਹੜਾ ਰੁਝਾਨ ਹੈ ਨਵੀਂ ਪੀੜ੍ਹੀ ਦਾ ਉਹ ਇਧਰ ਨੂੰ ਹੋ ਰਿਹਾ ਸਭ ਤੋਂ ਪਹਿਲਾਂ ਯਤਨ ਹੁੰਦਾ ਵੀ ਤੁਸੀਂ ਫਾਈਨੈਂਸ਼ਲੀ ਸਿਕਿਉਰ ਇਨਾਫ ਹੋਵੋ ਔਰ ਉਦੋਂ ਬਾਅਦ ਬੱਚਿਆਂ ਦੀ ਐਜੂਕੇਸ਼ਨ ਤੋਂ ਬਾਅਦ ਫਿਰ ਪੋਲਿਟਿਕਸ ਦੀ ਲਾਈਨ ਚੱਲਦੀ ਆ ਅਨਲੈਸ ਕੋਈ ਸ਼ੁਰੂ ਤੋਂ ਹੀ ਪੋਲਿਟਿਸ਼ੀਅਨ ਹੋਵੇ ਤਾਂ ਉਹਦਾ ਇੱਕ ਕਾਰੋਬਾਰ ਹੋਵੇ ਕਿਉਂਕਿ ਇੰਡੀਆ 'ਚ ਪੋਲਿਟਿਕਸ ਜਿਹੜੀ ਆ ਉਹ ਇੱਕ ਕਾਰੋਬਾਰ ਹੈ ਉਹ ਉਹ ਕੋਈ ਖidmat ਨਹੀਂ ਹੈਗੀ ਐਡੀ ਜਨਾ ਉਹ ਕਾਰੋਬਾਰ ਅ ਬੜਾ ਵਧੀਆ ਇਹਨਾਂ ਨੇ ਦੱਸਿਆ ਪਿਆਰੇ ਦਰਸ਼ਕੋ ਕਿ ਇੰਡੀਆ ਦੀ ਪੋਲਿਟਿਕਸ ਦਾ ਤੇ ਇਥੋਂ ਦੀ ਪੋਲਿਟਿਕਸ ਦਾ ਬੜਾ ਫਰਕ ਹੈ ਤੁਸੀਂ ਮਿਹੰਦੀਆਂ ਬੱਸਾਂ ਆਉਂਦੀਆਂ ਆਪਣੇ ਟਾਈਮ ਦੇ ਨਾਲ ਬੱਸ ਸਟਾਪ ਤੇ ਖਲੋਂਦੀਆਂ ਵਾਂ ਔਰ ਇੰਡੀਆ ਦੇ ਵਿੱਚ ਜਦੋਂ ਬੱਸਾਂ ਆਉਂਦੀਆਂ ਵਾਂ ਪਿਆਰੇ ਦਰਸ਼ਕਾਂ ਨੂੰ ਪਤਾ ਵਿਚੋਂ ਤੇ ਸੀਟਾਂ ਫੁੱਲ ਹੁੰਦੀਆਂ ਉੱਤੇ ਵੀ ਚੜੀਆਂ ਹੁੰਦੀਆਂ ਸਵਾਰੀਆਂ ਤੇ ਉਹਨਾਂ ਦੀ ਮਰਜ਼ੀ ਆ ਜੇ ਰੁਕਣੀ ਰੁਕਣਾ ਇੱਥੇ ਜਿਹੜੀਆਂ ਟ੍ਰੇਨਾਂ ਉਹ ਵੀ ਟਾਈਮ ਨਾਲ ਆਉਂਦੀਆਂ ਇੰਡੀਆ ਦੇ ਵੀ ਟ੍ਰੇਨਾਂ ਦਾ ਵੀ ਇਹ ਹਾਲ ਹੈ ਕਿ ਇੱਕ ਦੋ ਦੋ ਕਿੱਡਾਂ ਚਾਰ ਚਾਰ ਕਿੱਡੀਆਂ ਟ੍ਰੇਨਾਂ ਵੀ ਜਿਹੜੀਆਂ ਵਾਂ ਉਹ ਲੇਟ ਹੋ ਜਾਂਦੀਆਂ ਤੇ ਕਹਿਣ ਦਾ ਮੱਲਬਾ ਜਦੋਂ ਸਾਡੇ ਲੀਡਰ ਹੈ ਜਦੋਂ ਸਾਡੇ ਵੱਡੇ ਵੱਡੇ ਐਮਪੀ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਲੇਟ ਹੋ ਜਾਂਦੇ ਆ ਤੇ ਫਿਰ ਕੀ ਕਹਿਣਾ ਇੱਕ ਕਿਹਨੇ ਕਹਾਵਤ ਕਹੀ ਆ ਕਿ ਇੱਕ ਵਿਗੜੂ ਸਮਝਾਉ ਜਿਹੜਾ ਤੇ ਜੇ ਵਿੜਾ ਵਿਗੜੂ ਸਮਝਾਉ ਕਿਹੜਾ ਓਏ ਇਹ ਤੇ ਉਥੇ ਦੀ ਹਾਲਤ ਆ ਸੋ ਸਿਸਟਮ ਜੇ ਸਿੱਖਣਾ ਹੋਵੇ ਤੇ ਇਹਨਾਂ ਦੇਸ਼ਾਂ ਦੇ ਵਿੱਚੋਂ ਪਿਆਰੇ ਦਰਸ਼ਕੋ ਸਿਸਟਮ ਜਿਹੜਾ ਵਾ ਉਹ ਸਿੱਖਣਾ ਚਾਹੀਦਾ ਵਾ ਸੋ ਹੋਰ ਕੋਈ ਗੱਲ ਜਿਹੜੀ ਮੇਰੇ ਕੋ ਪੁੱਛੀ ਨਾ ਗਏ ਤੁਸੀਂ ਕਹਿਣਾ ਚਾਹੁੰਦੇ ਹੋ ਹੋਰ ਮੇਰੇ ਕੋਲ ਤਾਂ ਕੁਝ ਹੈ ਨਹੀਂ ਜੇ ਤੁਸੀਂ ਤੁਹਾਨੂੰ ਹੋਰ ਇਨਫੋਰਮੇਸ਼ਨ ਕੋ ਚਾਹੀਦੀ ਤੁਸੀਂ ਪੁੱਛ ਲਓ ਇਹ ਹੁਣ ਮੈਂ ਤਾਂ ਸੈਟੀਸਫਾਈ ਹਾਂ ਜੀ ਪ੍ਰੋਫੈਸਰ ਸਾਹਿਬ ਹੋਰ ਤੁਸੀਂ ਕੋਈ ਗੱਲ ਕੋਈ ਦਿਲ ਦੀ ਗੱਲ ਕਹਿਣੀ ਚਾਹੁੰਦੇ ਹੋ ਕੋਈ মিডিਏ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਹੰਡੇ ਵਰਤੇ ਸ਼ਖਸ਼ियां ਤੇ ਕੀ ਕਹਿਣਾ ਚਾਹੋ ਮੀਡੀਆ ਦਾ ਇੱਕ ਆਪਣਾ ਰੋਲ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਮੀਡੀਏ ਨੂੰ ਬਿਲਕੁਲ ਇਨਸਾਫ ਪਸੰਦੀ ਦੇ ਨਾਲ ਨਿਭਾਉਣਾ ਚਾਹੀਦਾ ਇੰਡੀਆ ਦਾ ਮੀਡੀਆ ਜਿਹੜਾ ਹੈਗਾ ਆ ਉਹ ਕੰਟਰੋਲਡ ਬਾਈ ਕੁਝ ਬੰਦੇ ਹੈਗੇ ਆ ਜਿਨ੍ਹਾਂ ਦੇ ਕੰਟਰੋਲ ਚ ਆ ਉਹ ਮੀਡੀਆ ਨਿਰਪੱਖ ਨਹੀਂ ਹੋ ਸਕਦਾ ਮੀਡੀਆ ਦਾ ਪਹਿਲਾ ਫਰਜ਼ ਆ ਪਬਲਿਕ ਨੂੰ ਸੇਧ ਦੇਣਾ ਔਰ ਸਚਾਈ ਤੇ ਪਹਿਰਾ ਦੇਣਾ ਸੱਚੀ ਗੱਲ ਨੂੰ ਸੱਚੀ ਕਹਿਣਾ ਚਾਹੇ ਉਹ ਉਹਨਾਂ ਦੇ ਹੱਕ ਚ ਹੋਵੇ ਤੇ ਚਾਹੇ ਉਹਨਾਂ ਦੇ ਹੱਕ ਚ ਨਾ ਹੋਵੇ ਇਹ মিডিਆ ਦਾ ਫਰਜ਼ ਬਣਦਾ ਇਹ ਉਹਨਾਂ ਦੀ ਮੋਰਲ ਰਿਸਪੌਂਸਿਬਿਲਟੀ ਬਣਦੀ ਸਿੱਖ ਚੈਨਲ ਤੁਸੀਂ ਵੇਖਦੇ ਹੁੰਦੇ ਜਿਵੇਂ ਸਿੱਖ ਚੈਨਲ ਸਿੱਖ ਚੈਨਲ ਮੈਨਸ ਕਲੀਅਰ ਕਟ ਆਨਸਰ ਇਹਦਾ ਇਹ ਆ ਕਿ ਮੈਂ ਦੇਖਿਆ ਜ਼ਰੂਰ ਹੈ ਪਰ ਇਹ ਨਹੀਂ ਕਿ ਮੈਂ ਰੈਗੂਲਰਲੀ ਸਿੱਖ ਚੈਨਲ ਦਾ ਦਰਸ਼ਕਾਂ ਤੇ ਤੁਹਾਡਾ ਜਿਨ੍ਹਾਂ ਵੀ ਸੱਜਣਾ ਦਾ ਇਹ ਉਪਰਾਲਾ ਹੈਗਾ ਉਹ ਬੜਾ ਵਧੀਆ ਉਪਰਾਲਾ ਹੈਗਾ ਸਾਡੇ ਮੇਰੇ ਨਾਲ ਜਿਹੜੇ ਕੰਮ ਕਰਦੇ ਨੇ ਸਾਡੇ ਸਟੂਡੀਓ ਤੋਂ ਪ੍ਰੋਫੈਸਰ ਬਲਜੀਤ ਸਿੰਘ ਜੀ ਉਹ ਦੂਰਦਰਸ਼ਨ ਦੇ ਰਹੇ ਆ ਉਹ ਤੁਹਾਡੇ ਸਿੱਖ ਚੈਨਲ ਕੋ ਗਏ ਸੀ ਉਹ ਅਸੀਂ ਡਾਕੂਮੈਂਟਰੀ ਜਫਰਨਾਮਾ ਹੋਰ ਫਿਲਮਾਂ ਜਿੰਨੀਆਂ ਵੀ ਬਣਾਈਆਂ ਸਿੱਖੀ ਦੇ ਨਾਲ ਰਿਲੇਟਡ ਉਹਨਾਂ ਤੇ ਬਲਜੀਤ ਸਿੰਘ ਜੀ ਨੇ ਸਾਰਾ ਡਾਇਰੈਕਸ਼ਨ ਦਾ ਰੋਲ ਉਹਨਾਂ ਦਾ ਸੀ ਜਿੰਨੀ ਪ੍ਰੋਡਕਸ਼ਨ ਦਾ ਕੰਮ ਉਹ ਅਸੀਂ ਕੀਤਾ ਸੋ ਉਹ ਜਦੋਂ ਇੰਗਲੈਂਡ ਗਏ ਸੀ ਤੇ ਉਹ ਜ਼ਰੂਰ ਤੁਹਾਡੇ ਦੇ ਦੁਰ ਦਸੰਤੇ ਹਾਜ਼ਰ ਹੋਏ ਸੀ ਉਹਨਾਂ ਨੂੰ ਮੈਂ ਇਥੋਂ ਕੁਛ ਕਿਹਾ ਸੀ ਤਹਿਕੀਕਤ ਕਰਨੇ ਨੂੰ ਜਿਹੜੀ ਕਿ ਉਹਨੇ ਕੀਤੀ ਔਰ ਮੇਰੇ ਤਿਆਂ ਪੁੱਛਾ ਦਿੰਦੇ ਨੇ ਤੁਹਾਡਾ ਉਪਰਾਲਾ ਇਹ ਬੜਾ ਸ਼ਲਾਘਾਯੋਗ ਹੈ ਜਿੱਥੇ ਵੀ ਕੋਈ ਸਿੱਖ ਬੈਠਾ ਉਹਨੂੰ ਸਮੁੱਚੀ ਇਨਸਾਨੀਅਤ ਲਈ ਸਮੁੱਚੀ ਸਿੱਖ ਕੌਮ ਦੀ ਪੰਜਾਬੀ ਤੇ ਪੰਜਾਬੀਅਤ ਦੇ ਭਲੇ ਲਈ ਜੋ ਵੀ ਕਰਨਾ ਚਾਹੀਦਾ ਉਹ ਜਿੰਨਾ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਉੱਚ ਯੋਗਦਾਨ ਪਾ ਰਿਹਾ ਉਹ ਹਮੇਸ਼ਾ ਇਸ ਸ਼ਲਾਘਾ ਦਾ ਹੱਕਦਾਰ ਹੈ ਸੋ ਪਿਆਰੇ ਦਰਸ਼ਕੋ ਅੱਜ ਦੇ ਬ੍ਰੇਕਫਾਸਟ ਸ਼ੋ ਦੇ ਵਿੱਚ ਇੱਥੇ ਹੀ ਅਸੀਂ ਆਜਾਜ਼ਤ ਮੰਗਦੇ ਹਾਂ ਤੇ ਇਸ ਵਕਤ ਮੌਸਮ ਬੜਾ ਵਧੀਆ ਹੈ ਕਿ 40-42 ਡਿਗਰੀ ਟੈਂਪਰੇਚਰ ਹੈ ਇੱਥੇ ਤੇ ਇੱਕ ਗਰੁੱਪ ਪਿਆਰੇ ਸਰ ਤੋਂ ਪਹਿਲਾਂ ਵੀ ਸਾਡੇ ਪ੍ਰੈਜ਼ੈਂਟਰ ਸਾਹਿਬ ਨੇ ਤੁਹਾਨੂੰ ਪੰਜਾਬ ਤੋਂ ਖਬਰਾਂ ਦੱਸੀਆਂ ਸਾਰੇ ਕੰਟਰੀਆਂ ਦੇ ਮੌਸਮ ਦੱਸੇ ਕਰੰਸੀ ਦਾ ਰੇਟ ਦੱਸਿਆ ਤੇ ਅੱਜ ਦਾ ਜਿਹੜਾ ਇਹ ਬ੍ਰੇਕਫਾਸਟ ਸ਼ੋ ਜਿਹੜਾ ਆਸਟ੍ਰੇਲੀਆ ਤੋਂ ਹੋਇਆ ਇਹ ਕਿਸ ਤਰ੍ਹਾਂ ਦਾ ਲੱਗਾ ਇਹ ਜ਼ਰੂਰ ਦੱਸਣਾ ਤੇ ਇੱਥੇ ਹੀ ਤੁਹਾਡੇ ਤੋਂ ਅਜਾਤਮਾਦੇ ਹਾਂ ਮੈਂ ਹਾਂ ਜਗਤਾਰ ਸਿੰਘ ਨਿੱਜਰ ਕੈਮਰਾਮੈਨ ਸਾਡੇ ਸੀਨੀਅਰ ਸਿੱਖ ਚੈਨਲ ਦੇ ਡਾਇਰੈਕਟਰ ਆਸਟ੍ਰੇਲੀਆ ਦੇ ਵਿੱਚ ਰੂਮੀ ਸਾਹਿਬ ਆ ਉਹਨਾਂ ਦੇ ਨਾਲ ਸੋ ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ